ठीक है ना, बोलना था काफी पहले। अच्छा पहले बोले नहीं आता ही? नहीं बोला था। कॉस्टली तो नहीं लगा? नॉर्मली ही नॉर्मली। ਨੂੰ ਪੈਰਾਲਾਈਜ਼ ਹੋ ਜਾਂਦਾ। ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪ੍ਰਕਾਸ਼ ਸ਼ਰਮਾ। ਅਸੀਂ ਪਹੁੰਚੇ ਹਾਂ ਅਹਿਮਦਗੜ੍ਹ ਦੇ ਨਾਲ ਲੱਗਦੇ ਪਿੰਡ ਜੰਡਾਲੀ ਕਲਾਂ ਵਿਖੇ, ਅਤੇ ਅਸੀਂ ਇੱਕ ਪਹਿਲਾਂ ਵੀ ਵੀਡੀਓ ਪਾਈ ਸੀ ਡਾਕਟਰ ਸਾਹਿਬ ਦੀ, ਅਤੇ ਦੁੱਖ ਭੰਜਨੀ ਚੈਰੀਟੇਬਲ ਫਰੀ ਡਿਸਪੈਂਸਰੀ ਹੈ ਜਿਹੜੀ ਇੱਥੇ ਡਾਕਟਰ ਸਾਹਿਬ ਚਲਾ ਰਹੇ ਨੇ। ਅਤੇ ਡਾਕਟਰ ਸਾਹਿਬ ਦੇ ਕੋਲ ਡਾਕਟਰ ਸਾਹਿਬ ਦਾਅਵਾ ਕਰਦੇ ਹੁੰਦੇ ਸੀ ਕਿ ਸਾਡੇ ਜਿਹੜੇ ਮਰੀਜ਼ ਨੇ ਤਕਰੀਬਨ 3 ਇੰਜੈਕਸ਼ਨ ਲਵਾਉਣ ਤੋਂ ਬਾਅਦ ਜਿਹੜੇ ਪੈਰਾਲਾਈਜ ਮਰੀਜ਼ ਨੇ ਉਹ ਚੱਲਣ ਲੱਗ ਜਾਂਦੇ ਨੇ। ਅਤੇ ਅਸੀਂ ਅੱਜ ਡਾਕਟਰ ਸਾਹਿਬ ਕੋਲ ਦੁਬਾਰਾ ਫਿਰ ਪਹੁੰਚੇ ਹਾਂ, ਅਤੇ ਸਾਨੂੰ ਉੱਥੇ ਇੱਕ ਪੇਸ਼ੈਂਟ ਮਿਲੇ ਨੇ, ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੇ ਪੈਰਾਲਾਈਜ ਸੀਗੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਪ੍ਰੋਬਲਮ ਆ ਉਹ ਤੋਂ ਕਿੰਨਾ ਕੁ ਇਲਾਜ ਉਹਨਾਂ ਨੂੰ ਕਿੱਦਾਂ ਲੱਗਿਆ, ਕਿੰਨਾ ਕੁ ਉਹਨਾਂ ਨੂੰ ਰਿਲੈਕਸ ਫੀਲ ਹੋ ਰਿਹਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਸਰ ਆਪਣਾ? ਨਾਮ ਕੀ ਹੈ ਆਪਣਾ? ਰਾਜਕੁਮਾਰ ਸ਼ਰਮਾ। ਰਾਜਕੁਮਾਰ, ਲੈਕਚਰਰ ਇੰਗਲਿਸ਼, ਕਿਹੜੀ ਜਗ੍ਹਾ ਤੋਂ ਆਏ ਜੀ? ਆਪਾਂ ਬਲੇਰਕੋਟਲਾ ਤੋਂ। ਅਤੇ ਡਾਕਟਰ ਸਾਹਿਬ ਕੋਲ ਆਏ, ਮਤਲਬ ਪਹਿਲਾਂ ਕਿੱਥੇ ਚੈੱਕਅਪ ਕਰਾਇਆ ਸੀ ਤੁਸੀਂ, ਦਿਖਾਇਆ ਸੀਗਾ? ਐਕਚੁਅਲੀ ਮੈਨੂੰ ਮਰੀਜ਼ਾਂ ਤੋਂ ਪਤਾ ਲੱਗਿਆ ਜੀ। ਠੀਕ ਹੈ, ਕਿਸ ਤਰ੍ਹਾਂ ਡਾਕਟਰ ਸਾਹਿਬ ਨੇ ਅਤੇ ਕਿਸ ਤਰ੍ਹਾਂ, ਅਤੇ ਮੈਨੂੰ ਆਪਦਾ ਵਿਸ਼ਵਾਸ ਨਹੀਂ ਸੀਗਾ ਇੰਨਾ ਵਧੀਆ ਟ੍ਰੀਟਮੈਂਟ ਕਰ ਦਿੰਦੇ ਨੇ। ਉਸ ਤੋਂ ਇਲਾਵਾ ਵੀ ਇਹਨਾਂ ਦੀ ਗੱਲਬਾਤ ਇੰਨੀ ਵਧੀਆ ਹੈ, ਡਾਕਟਰ ਨਾਲ ਬਹੁਤ ਹੀ ਤੁਹਾਨੂੰ ਦੱਸਦੇ ਨੇ। ਠੀਕ ਹੈ, ਉਸ ਹਿਸਾਬ ਨਾਲ ਟ੍ਰੀਟਮੈਂਟ ਦੇ ਦੇਣਾ ਹੈ। ਅਤੇ ਮਤਲਬ ਪਹਿਲਾਂ ਵੀ ਕਿਤੇ ਚੈੱਕਅਪ ਕਰਵਾਇਆ ਸੀ, ਦਵਾਈ ਲਈ ਸੀ ਪਹਿਲਾਂ ਤੁਸੀਂ? ਮੈਂ 2 ਸਾਲ ਤੋਂ ਟ੍ਰੀਟਮੈਂਟ ਚੱਲ ਰਿਹਾ। 2 ਸਾਲ ਤੋਂ? ਕਿੰਨਾ ਸਮਾਂ ਹੋ ਗਿਆ ਸੀ ਪੈਰਾਲਾਈਜ਼ ਹੋਏ ਨੂੰ ਤੁਹਾਨੂੰ? ਪਹਿਲਾਂ ਤਾਂ ਮੈਂ 3 ਵਾਰੀ ਟ੍ਰੀਟਮੈਂਟ ਹੋ ਚੁੱਕਿਆ ਜੀ। ਠੀਕ ਹੈ, ਲੇਕਿਨ ਮੈਨੂੰ ਟ੍ਰੀਟਮੈਂਟ ਨਹੀਂ ਮਿਲ ਸਕਿਆ। ਠੀਕ ਹੈ, ਲੇਕਿਨ ਡਾਕਟਰ ਸਾਹਿਬ ਨੇ ਇਸ ਤਰ੍ਹਾਂ ਨਾਲ ਮਤਲਬ ਮੈਨੂੰ ਬਿਹੇਵ ਕੀਤਾ ਇਹਨਾਂ ਨੇ, ਟ੍ਰੀਟਮੈਂਟ ਵਧੀਆ ਲੱਗਿਆ ਡਾਕਟਰ ਸਾਹਿਬ ਦਾ? ਬਹੁਤ ਫਰਕ ਪਿਆ। ਫਰਕ ਪਿਆ ਲੱਗਦਾ? ਹਾਂਜੀ। ਠੀਕ ਹੈ ਨਾ, ਬੋਲਣ ਦਾ ਕਾਫੀ ਫਰਕ ਹੈ। ਅੱਛਾ, ਪਹਿਲਾਂ ਬੋਲੇ ਨਹੀਂ ਜਾਂਦਾ? ਜਮਾ ਹੀ ਨਹੀਂ ਬੋਲਿਆ। ਠੀਕ ਹੈ, ਸਾਹਿਬ ਮਤਲਬ ਬਹੁਤ ਹੀ ਅੱਛਾ ਮੇਰੇ ਨਾਲ, ਮੈਨੂੰ ਇਸ ਤਰ੍ਹਾਂ ਮੈਂ ਲੱਗਦਾ ਐਕਚੁਅਲੀ ਇਹਨਾਂ ਦਾ ਜਿਹੜਾ ਬਾਬਾ ਨਾਨਕ ਦੇ ਨਾਲ, ਔਰ ਇਸ ਤੋਂ ਇਲਾਵਾ ਦਵਾਈ ਦੇ ਨਾਲ ਵੀ ਬਹੁਤ ਇੱਕ ਤਰ੍ਹਾਂ ਹੀ ਗੱਲ ਮਤਲਬ ਇਹਨਾਂ ਨੇ ਟ੍ਰੀਟਮੈਂਟ ਜ਼ਿਆਦਾ ਕੋਸਟਲੀ ਤਾਂ ਨਹੀਂ ਲੱਗਿਆ ਤੁਹਾਨੂੰ ਡਾਕਟਰ ਸਾਹਿਬ ਦਾ? ਜ਼ਿਆਦਾ ਕੋਸਟਲੀ ਤਾਂ ਨਹੀਂ ਲੱਗਿਆ? ਨੋਰਮਲੀ ਹੀ, ਨੋਰਮਲੀ ਕਹਿ ਲਓ। ਠੀਕ ਹੈ, ਨੋਰਮਲੀ ਤਾਂ ਵੀ, ਹਾਂ ਨੋਰਮਲੀ ਕਹਿ ਲਓ। ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਹੈਂ, ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ ਜਿਹੜੇ ਇਸ ਬਿਮਾਰੀ ਦੇ ਨਾਲ ਮਤਲਬ ਪੈਰਾਲਾਈਜ਼ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪੈਰਾਲਾਈਜ਼ ਹੋ ਜਾਂਦਾ, ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਐਕਚੁਅਲੀ ਮੈਂ ਤਾਂ ਇਹ ਚਾਹੂੰਗਾ ਜੀ ਕਿ ਬਿਓਂ ਲੈਕਚਰ ਮੈਂ ਖੁੱਲ੍ਹ ਕੇ ਇਹੀ ਕਹੂੰਗਾ ਵੀ ਵੱਧ ਤੋਂ ਵੱਧ ਡਾਕਟਰ ਸਾਹਿਬ ਤੋਂ ਤੁਸੀਂ ਮਤਲਬ ਅੱਛਾ ਟ੍ਰੀਟਮੈਂਟ ਲਵੋ, ਤਾਂ ਕਿ ਜਲਦੀ ਠੀਕ ਹੋਵੋ ਅਤੇ ਜਲਦੀ ਹੀ ਠੀਕ ਹੋਵੋ। ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕਿਵੇਂ ਫੀਲ ਹੁੰਦਾ ਵੀ ਜਦੋਂ ਮਤਲਬ ਤੁਹਾਡਾ ਪੈਰਾਲਾਈਜ਼ ਹੋਇਆ ਹੋਇਆ ਮਰੀਜ਼ ਠੀਕ ਹੋ ਜਾਂਦਾ? ਮਤਲਬ ਵਿਆਹ ਦੇ ਨਾਲ ਚਾਹ ਚੱਲ ਰਹੇ? ਅੱਛਾ, ਜਿਵੇਂ ਬੰਦਾ ਕੋਈ ਵਿਆਹ 'ਤੇ ਜਾ ਕੇ ਭੰਗੜੇ ਪਾਉਂਦਾ ਨਾ, ਮੇਰਾ ਵੀ ਜੀ ਐਂ ਕਰ ਹੁੰਦਾ ਵੀ ਇਹਨਾਂ ਦੇ ਨਾਲ ਉੱਠ ਕੇ ਐਂ ਭੰਗੜੇ ਪਾਈਏ ਵੀ ਇਹਨਾਂ ਨੂੰ ਵੀ ਭੰਗੜੇ ਪਾਉਣ ਲੱਗ ਜਾਵੇ।
ਕਿੰਨਾ ਕੁ ਸਮਾਂ ਹੋ ਗਿਆ ਇਹਨਾਂ ਤੁਹਾਡੇ ਕੋਲ ਟ੍ਰੀਟ? ਬਾਈ ਜੀ ਮੇਰੇ ਕੋਲ ਅੱਜ ਇਹਨਾਂ ਨੂੰ ਇੱਕ ਮਹੀਨਾ ਹੋ ਗਿਆ। ਇੱਕ ਮਹੀਨੇ 'ਚ ਇਹ ਇਨਸਾਨ ਜਮ੍ਹਾਂ ਹੀ ਬੋਲ ਨਹੀਂ ਸਕਦਾ ਸੀਗਾ, ਜਮ੍ਹਾਂ ਹੀ ਤੁਰ ਨਹੀਂ ਸਕਦਾ ਸੀਗਾ। ਹੁਣ ਇਹ ਥੋੜ੍ਹਾ ਜਿਹਾ ਆਪਣੇ ਆਪ ਇਸ ਖੂਨ ਦੇ ਸਾਰੇ ਤੁਰਦੇ ਵੀ ਨੇ, ਔਰ ਫੋਨ ਆਪਦਾ ਫੋਨ ਲਾ ਕੇ ਆਪਣੇ ਰਿਲੇਟਿਵ ਨੂੰ ਜਿਹਨੂੰ ਫੋਨ ਲਾਉਣਾ ਉਹਨਾਂ ਨਾਲ ਗੱਲ ਵੀ ਕਰ ਪਾਉਂਦੇ। ਉਹਨਾਂ ਨੇ ਦੱਸਣ ਮੁਤਾਬਕ ਵੀ ਉਹ ਨਾ ਬੋਲ ਵੀ ਨਹੀਂ ਸਕਦੇ, ਬਿਲਕੁਲ ਨਹੀਂ ਬੋਲ ਸਕਦੇ। ਇੱਕਦਮ ਮੇਰੇ ਕੋਲ ਉੱਠ ਕੇ ਲੈਟਰਿੰਗ ਬਾਥਰੂਮ ਦੇ ਡੈਪਰ ਲੱਗਿਆ ਹੁੰਦਾ ਸੀ, ਉਹਨੇ ਆਪਣਾ ਲੈਟਰਿੰਗ ਬਾਥਰੂਮ ਵੀ ਆਪ ਜਾਂਦੇ ਨੇ ਅਤੇ ਤੁਰਦੇ ਵੀ ਨੇ ਘਰ 'ਚ ਰੋਡ ਵੀ ਲਾਉਂਦੇ ਨੇ। ਅਤੇ ਵੱਟ ਜਾਣੀ ਕਿ ਹੁਣ ਫੋਨ ਕੱਢ ਕੇ ਆਪਦਾ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਰਿਲੇਟਿਵ ਨੂੰ ਸਾਰਿਆਂ ਨੂੰ ਫੋਨ 'ਤੇ ਆਪ ਗੱਲ ਕਰਦਾ। ਦਵਾਈ ਦੇ ਨਾਲ ਨਾਲ ਹੋਰ ਕੀ ਇਹਨਾਂ ਨੂੰ ਮਤਲਬ ਤੁਸੀਂ ਟ੍ਰੀਟਮੈਂਟ ਦੱਸਿਆ ਵੀ ਕੋਈ ਕਸਰਤ ਵਗੈਰਾ ਜਾਂ ਥੋੜ੍ਹਾ ਜਿਹਾ ਐਕੋਪ੍ਰੈਸ਼ਰ ਦੀਆਂ ਐਕਸਰਸਾਈਜ਼ ਨੇ ਉਹ ਐਕਸਰਸਾਈਜ਼ ਵੀ ਕਰਦੇ ਨੇ, ਬਾਕੀ ਦਵਾਈ ਵਿੱਚ ਬਾਕੀ ਗੁਰੂ ਮਹਾਰਾਜ ਦਾ ਦਵਾ ਜਿਹੜੀ ਕਹਿੰਦੇ ਆ ਉਹ ਵੱਡੀ ਦਵਾ ਕੰਮ ਕਰਦੀ ਅਤੇ ਇਹਨਾਂ ਦੇ ਮਿਸਿਜ ਸਾਡੇ ਨਾਲ ਕੀ ਨਾਮ ਆ ਭੈਣ ਜੀ ਆਪਣਾ? ਸੀਮਾ ਸ਼ਰਮਾ ਜੀ। ਸੀਮਾ ਜੀ ਕਿੱਦਾਂ ਲੱਗ ਰਿਹਾ, ਮਤਲਬ ਪਹਿਲਾਂ ਤੁਸੀਂ ਕਿੱਥੋਂ ਕਿੱਥੋਂ ਦਵਾਈ ਲਈ? ਮੈਂ ਬਹੁਤ ਜਗ੍ਹਾ ਤੋਂ ਲਈਆਂ ਨੇ, ਜਿੱਦਾਂ ਕੋਕਰੀ ਕਲਾਂ ਤੋਂ, ਮੋਗੇ ਤੋਂ ਵੀ ਚੱਲ ਰਹੀ ਸੀ, ਕਾਫੀ ਜਗ੍ਹਾ ਤੋਂ ਆਪਾਂ ਨੂੰ ਦਵਾਈਆਂ ਲਈਆਂ, ਲੇਕਿਨ ਇੰਨਾ ਨਹੀਂ ਫਰਕ ਲੱਗਿਆ। ਲੇਕਿਨ ਮੈਂ ਨਾ ਇੱਕ ਦਿਨ ਇਹਨਾਂ ਦੀ ਵੀਡੀਓ ਦੇਖੀ ਅਤੇ ਮੈਨੂੰ ਇਹਨਾਂ ਨੂੰ ਲੱਗਿਆ ਵੀਡੀਓ, ਅਤੇ ਵੀਡੀਓ ਕਾਹਦੇ 'ਤੇ ਦੇਖੀ ਸੀ? ਮੈਂ ਵਟਸਐਪ 'ਤੇ ਕਿਸੇ ਨੇ ਮੈਨੂੰ ਸੈਂਡ ਕੀਤੀ ਸੀਗੀ। ਠੀਕ ਹੈ। ਅਤੇ ਉੱਥੇ ਮੈਨੂੰ ਫਿਰ ਥੋੜ੍ਹਾ ਜਿਹਾ ਮੈਨੂੰ ਹੋਇਆ ਵੀ ਇਹਦਾ ਨਹੀਂ ਇੱਥੇ ਲੈ ਕੇ ਜਾਣਾ ਚਾਹੀਦਾ, ਵੀ ਆਪਾਂ ਉੱਥੋਂ ਵੀ ਫਿਰ ਇਹਨਾਂ ਕੋਲ ਹੁਣ ਮਹੀਨੇ ਤੋਂ ਕਾਫੀ ਇੰਪਰੂਵ ਆ। ਮਤਲਬ ਉਮੀਦ ਜਾਗੀ ਇੱਥੇ? ਹਾਂਜੀ ਹਾਂਜੀ ਉਮੀਦ ਜਾਗੀ ਆ। ਮੈਂ ਇਹ ਕਹਿ ਸਕਦੀ ਹਾਂ ਵੀ ਜੇ ਮੈਨੂੰ ਇਹਨਾਂ ਨੇ ਤਿੰਨ ਮਹੀਨੇ ਰੱਖੇ ਨਾ ਟਾਈਮ, ਤਿੰਨ ਮਹੀਨੇ ਮੈਨੂੰ ਆਪਣਾ ਵਿਸ਼ਵਾਸ ਵੀ ਹੈ ਇਹਨਾਂ ਦਾ ਵੀ। ਪਹਿਲਾਂ ਨਾਲੋਂ ਹਾਲਤ ਸੁਧਾਰ ਕਿੰਨੇ ਪਰਸੈਂਟ ਲੱਗਦਾ ਜੀ? ਕਾਫੀ ਹੈ, ਮਤਲਬ ਅੱਗੇ ਲੱਤ ਚੱਕ ਨਹੀਂ ਸਕਦੇ ਸੀ, ਹੁਣ ਲੱਤ ਚੱਕਦੇ ਨੇ, ਮਤਲਬ ਚੱਕ ਕੇ ਆਪਣੇ ਉੱਪਰ ਵੀ ਰੱਖ ਲੈਂਦੇ ਨੇ, ਨਹੀਂ ਤਾਂ ਲੱਤ ਸਿੱਧੀ ਰਹਿੰਦੀ ਸੀ ਇਹਨਾਂ ਦੀ, ਇਹ ਚੱਕ ਨਹੀਂ ਸਕਦੇ। ਠੀਕ ਹੈ। ਹੁਣ ਅੱਗੇ ਨਾਲੋਂ ਅਤੇ ਹੋਰ ਜਿਹੜੇ ਮਰੀਜ਼ ਆਉਂਦੇ ਨੇ ਜਾਂ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਉਹਨਾਂ ਨੂੰ ਵੀ ਇਹੀ ਕਹੂੰਗੀ ਵੀ ਆਓ ਇੱਥੋਂ ਦਵਾਈ ਲਓ, ਅੱਛਾ ਟ੍ਰੀਟਮੈਂਟ ਹੈ, ਅੱਛੀ ਹੈ, ਆਪਣਾ ਆਪਣੀ ਬਣਾ ਲਈ, ਆਪਣੀ ਸਿਹਤ ਬਣਾ ਲਈ ਤਾਂ ਇਹਨਾਂ ਕੋਲ ਆਉਣ ਤਾਂ ਬਹੁਤ ਅੱਛੀ ਗੱਲ ਹੈ ਵੀ ਆਪਣੀ ਦਵਾਈ ਤੁਸੀਂ ਅੱਛੀ ਤਰ੍ਹਾਂ ਲੈਣ, ਇਹ ਡਾਕਟਰ ਬਹੁਤ ਅੱਛੇ ਨੇ, ਸਭ ਤੋਂ ਅੱਛੀ ਗੱਲ, ਸਾਨੂੰ ਤਾਂ ਬਹੁਤ ਵਧੀਆ ਲੱਗੇ, ਬਾਕੀ ਸਭ ਤੋਂ ਠੀਕ ਹੈ। ਬਹੁਤ ਬਹੁਤ ਸ਼ੁਕਰੀਆ। ਹਾਂਜੀ। ਅਤੇ ਦੋਸਤੋ ਜਿਹੜੇ ਵੀ ਸਾਡੇ ਦੋਸਤ ਵਿਊਅਰ ਜੇ ਵੀਡੀਓ ਦੇਖ ਰਹੇ ਨੇ, ਕਿਰਪਾ ਕਰਕੇ ਇਸ ਵੀਡੀਓ ਨੂੰ ਹੈ ਜਿਹੜਾ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਤੁਹਾਡੇ ਇਸ ਸ਼ੇਅਰ ਦੇ ਨਾਲ ਹੈ ਜਿਹੜੀ ਅਜਿਹੇ ਕਈ ਇਨਸਾਨ ਨੇ ਜਿਹੜੇ ਉਹ ਠੀਕ ਹੋ ਸਕਦੇ ਨੇ, ਦੁਬਾਰਾ ਆਪਣੀ ਜ਼ਿੰਦਗੀ ਹੈ ਜਿਹੜੀ ਉਸੇ ਢੰਗ ਨਾਲ ਜਿਉਂ ਸਕਦੇ ਨੇ। ਮਿਲਦੇ ਹਾਂ ਅਗਲੀ ਕਿਸੇ ਹੋਰ ਵੀਡੀਓ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।